एक पासे जिथे पूरा देश अपने घरां विच अपने परिवारां नाल बैठ के नवा साल मना रहे हन, उत्थे ही गुरदासपुर विच किसान जथेबंदियां ने शहर विच रोस प्रदर्शन कर केंद्र दी मोदी सरकार दा पुतला फूक के अपने नवे साल दी शुरुआत कीती। केंद्र सरकार नूं चेतावनी दिंदिया कहा कि जेकर 4 जनवरी दी मीटिंग विच किसानां दा हल ना होया तां किसान लाल किले नूं ट्रैक्टरां नाल घेरा पा के लाल किले ते अपना झंडा लहराउणगे। गुरदासपुर तो रोहित गुप्ता दी रिपोर्ट, पंजाब अब तक। शहर दे विच असीं रोस मार्च करके मतलब मोदी दा पुतला मतलब रोस मार्च करके शहर दे विच ते मोदी दा पुतला फूकिया ता के जिहड़ा आने वाले जिहड़े मतलब इन्हां नूं होर तिखा कर कीता जावे ते पिंडां दे विच लामबंदी की जा रही है कि जिहड़ा दिल्ली दे विच संघर्ष चल रहा उहदे वास्ते होर जिहड़ी आ उहनूं मतलब घेराबंदी करन दे लई पिंडां दे विच लामबंदी करके 20 जनवरी नूं ਇੱਥੋਂ ਇੱਕ ਹੋਰ ਵੱਡਾ ਕਾਫਲਾ ਜਿਹੜਾ ਗੁਰਦਾਸਪੁਰ ਤੋਂ ਜਿਹੜਾ ਉਹ ਰਵਾਨਾ ਕਰ ਰਹੇ ਆ। ਸੋ ਇਹ ਸੰਘਰਸ਼ ਸਾਡਾ ਓਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕਿਸਾਨਾਂ ਨੂੰ ਆਪਣਾ ਜਿਹੜਾ ਹੱਕ ਜਿਹੜਾ ਉਹ ਨਹੀਂ ਮਿਲਦਾ ਕਿ ਆਪਣੀਆਂ ਫਸਲਾਂ ਦੇ ਰੇਟ ਖੇਤੀ ਕਿਤੇ ਨੂੰ ਲਾਹੇਵੰਦਾ ਬਣਾਉਣ ਦੇ ਲਈ ਜਿਹੜਾ ਇਹਨਾਂ ਨੂੰ ਆਰਥਿਕ ਜਿਹੜੀ ਗੁਲਾਮੀ ਆ ਉਹਦੇ ਤੋਂ ਆਜ਼ਾਦੀ ਨਹੀਂ ਮਿਲ ਜਾਂਦੀ ਓਨੀ ਦੇਰ ਤੱਕ ਇਹ ਸਾਡਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਰਹੂਗਾ। 26 ਜਨਵਰੀ ਨੂੰ ਜਿਹੜਾ ਜਥੇਬੰਦੀਆਂ ਨੇ ਜੋ ਮਤਲਬ ਵੀ ਇੱਕ ਇਸ ਵੇਲੇ ਜੋ ਚੌਕਤਾ ਤਿਆਰ ਕੀਤਾ ਕਿ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਅਸੀਂ ਜਿਹੜਾ ਤਿਰੰਗਾ ਝੰਡਾ ਜਿਹੜਾ ਲਹਿਰਾਵਾਂਗੇ ਔਰ ਉੱਥੇ ਟਰੈਕਟਰ ਮਾਰਚ ਜਿਹੜਾ ਟਰੈਕਟਰਾਂ ਦੇ ਨਾਲ ਉਹ ਦਿੱਲੀ ਨੂੰ ਜਿਹੜਾ ਲਾਲ ਕਿਲੇ ਨੂੰ ਘੇਰਿਆ ਜਾਵੇਗਾ। ਇਹ ਅਗਲੀ ਰਣਨੀਤੀ ਆ ਮਤਲਬ ਜਥੇਬੰਦੀਆਂ ਦੀ, ਜੋ ਵੀ ਸਾਂਝਾ ਮਤਲਬ ਮੰਚ ਜਿਹੜਾ ਉਹ ਫੈਸਲਾ ਕਰੇਗਾ ਉਹਨੂੰ ਨਵਾਂ ਸਾਲ ਜਿਹੜਾ ਵਾ ਇਹ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਅਸੀਂ ਨਵਾਂ ਸਾਲ ਮਨਾ ਰਹੇ ਹਾਂ ਕਿ ਬਣਾਉਣਾ, ਕਿਉਂਕਿ ਸਰਕਾਰਾਂ ਨੇ ਲੋਕੀ ਤੇ ਕਹਿੰਦੇ ਨੇ ਵੀ ਆਪਣੇ ਹੱਕ ਮੰਗਣੇ, ਇਹ ਤੇ ਜੋ ਸਾਡੇ ਘਰਾਂ ਦੇ ਵਿੱਚ ਡਾਕਾ ਲਾਇਆ ਵਾ ਵਿਉਂਤਬੰਦੀ ਕਰਕੇ ਸਾਡੀਆਂ ਫਸਲਾਂ ਦੇ ਰੇਟ ਘਟਾ ਕੇ ਕਿਸੇ ਵੀ ਤਰੀਕੇ ਇਹ ਕਿਸਾਨ ਨੂੰ ਮਾਰੂ ਸਰਕਾਰ ਆ, ਇਹ ਹਰ ਵਰਗ ਵਾਸਤੇ ਮਾੜੀ ਸਰਕਾਰ ਆ। ਇਹ ਸਰਕਾਰ ਆਪਣੇ ਅੜੀਅਰ ਵਰਤੀਰੇ ਤੋਂ ਇਹਨੂੰ ਝੁਕਾਉਣ ਵਾਸਤੇ, ਸਰਕਾਰ ਨੂੰ ਇਹਦਾ ਵਰਤੀਰਾ ਬਦਲਣ ਵਾਸਤੇ ਇਹ ਸੰਘਰਸ਼ ਚੱਲ ਰਿਹਾ ਵਾ। ਸਾਡੇ ਵੀ ਅੱਜ ਅਸੀਂ ਮੋਦੀ, ਅੰਬਾਨੀ, ਅਡਾਨੀ ਅਤੇ ਸਨੀ ਦਿਓਲ ਦਾ ਇਹ ਪੁਤਲਾ ਫੂਕਿਆ ਵਾ, ਇਹਨਾਂ ਖਿਲਾਫ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਹੈ, ਨਾਅਰੇਬਾਜ਼ੀ ਕੀਤੀ ਹੈ। ਇਹ ਅਸੀਂ ਕਿਸੇ ਦੇ ਪ੍ਰੇਰਿਤ ਨਹੀਂ ਕਰ ਰਹੇ, ਅਸੀਂ ਆਪਣੇ ਦਿਲੋਂ ਕਰ ਰਹੇ ਹਾਂ, ਸਰਕਾਰ ਤੋਂ ਅੱਕੇ ਹੋਏ ਕਰ ਰਹੇ ਹਾਂ। ਅਤੇ ਜਿੰਨਾ ਚਿਰ ਇਹ ਸਰਕਾਰ ਆਪਣਾ ਵਰਤੀਰਾ ਵਾਪਸ ਨਹੀਂ ਲੈਂਦੀ, ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਰੱਦ ਨਹੀਂ ਕਰਦੀ, ਉਹਨਾਂ ਚਿਰ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ ਕਿ ਇਹ ਸਰਕਾਰਾਂ ਸਿਰਫ ਸਾਡੇ ਨਾਲ ਗੇਮ ਹੀ ਖੇਡਣ ਦੀਆਂ ਨੇ, ਕੋਈ ਵਾਪਸ ਟਾਈਮ ਪਾਸ ਕਰਨ ਦੀਆਂ ਨੇ। ਟਾਈਮ ਜੇ ਸਰਕਾਰਾਂ ਪਾਸ ਕਰਨੇ, ਸਰਕਾਰਾਂ ਦੇ ਮਨ 'ਚ ਇਹ ਆ ਵੀ ਇਹ ਅੱਕ ਕੇ ਥੱਕ ਕੇ